ਛੱਡ ਤੋਂ ਹੀ ਲੋਕ ਇਹ ਰਿਕਾਰਡ ਮੰਨਦੇ ਆ ਤੇਰੇ ਛਾਤੀ ਪੁਲਿਸ ਮੈਨੂੰ ਥੀ ਵੀ ਆਖਦੀ ਨਹੀਂ ਤੇਰੇ ਹੁੱਟ ਦੇ ਨੇ ਮੁੰਡੇ ਮੈਨੂੰ ਗੋਂਡ ਮੰਨਦੇ सो हैलो एवरीवन, वेलकम माई यूट्यूब चैनल सतपाल मेघवाल 777 ते तुहाडा बहुत बहुत स्वागतम है। आई होप तुसी तंदुरुस्त होंगे, चढ़दी कला च होंगे ते अपनी अपनी जिंदगी च इंजॉय करदे होंगे। सो अज थोड़े लिए लैके आए एक होर नई रिएक्शन वीडियो। सो ये वीडियो है सिद्धू मूसे वाले वीर दी। सो सोंग दा नाम है गॉट। तो वीडियो के व्यू की गल करिए 210 मिलियन व्यू आ चुके हैं जी। सो थोड़ा ज़्यादा समा ना लेंदे हुए लै चलते हैं थोनों सीधा वीडियो ते। वीडियो देखण तो पहला मेरे यूट्यूब चैनल नू सबसक्राइब करो ते बैल आइकन नू प्रेस करो। पुलिस मैनू थी भी आखदी नी तेरे हुट दे ने मुंडे मैनू गोंड मंनदे छाती पुलिस मैनू थी भी आखदी नी तेरे हुट दे ने मुंडे मैनू गोंड मंनदे। बोल बड़ी सोहनी लगती है भाई ने। सो भाई ने पहले ही दस दिता कि लॉन्ग लिव रहना सदा दिलों में नहीं, भी मतलब लंबे टाइम लिए लोगों के दिलों में रहना, हमेशा ही लोगों के दिलों के रहना। सो पंजाबियों के दिलों में अज भी सिद्धू मूसे वाला भाई बस रहा है। सो गीतों के अपनी हकीकत पहले ही दस दी। सो देखो किन्नी रहमत सी उस परमात्मा की सिद्धू भाई ते। सही गल है, मूसे वाला जट इत्थे इक्को वधीए, उंज गली बाती इत्थे बहुत बनते। सो गल्लां बातां नाल सिद्धू मूसे वर्गे भाई वर्गे बहुत सारे लोग बनते हैं, पर उहदी रीस कोई नहीं कर सकता। सो सिद्धू मूसे वाला सिद्धू मूसे वाला ही सी। सो उहदियां रीसां, उहदे सोंग ते उहदियां गल्लां सारिआं तों वक्खरे सी, सारे कलाकारां तों ही वक्खरे सी। ਮੈਨੂੰ ਥੀ ਵੀ ਆਖਦੀ ਨੀ ਤੇਰੇ ਹੁੱਟ ਦੇ ਨੇ ਮੁੰਡੇ ਮੈਨੂੰ
gangster in the hood. ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਜੇ ਤੁਹਾਨੂੰ ਮੇਰਾ ਇਹ ਗਾਣਾ ਵਧੀਆ ਲੱਗਿਆ ਤਾਂ ਮੇਕ ਸ਼ੋਰ ਸਬਸਕ੍ਰਾਈਬ ਮਾਈ ਆਫੀਸ਼ੀਅਲ ਯੂਟਿਊਬ ਚੈਨਲ ਸਿੱਧੂ ਮੂਸੇਵਾਲਾ ਬਿਕੋਜ਼ ਬਹੁਤ ਚੀਜ਼ਾਂ ਨੇ ਜੋ ਹਜੇ ਔਨ ਦਾ ਵੇ ਨੇ ਵਾਹ ਬਹੁਤ ਹੀ ਸੋਹਣਾ ਸੌਂਗ ਸੀ HD ਵੀਡੀਓ ਸੀ ਵੀਡੀਓ ਦੀ ਕੁਆਲਿਟੀ ਬਹੁਤ ਹੀ ਵਧੀਆ ਸੀ ਔਰ ਜੋ ਵੀਡੀਓ ਦੇ ਵਿੱਚ ਸ਼ਾਰਟਸ ਲਏ ਗਏ ਬਹੁਤ ਹੀ ਸੋਹਣੇ ਹੈ ਸੋ ਰੇਗਿਸਤਾਨ ਦੇ ਵਿੱਚ ਵੀ ਲਿੱਤੇ ਗਏ ਉਹਦੇ ਵਿੱਚ ਸੋ ਜਿਵੇਂ ਵੀਡੀਓ ਦੇ ਵਿੱਚ ਡੌਗਸ ਵੀ ਹੈਗੇ ਅਤੇ ਡੌਗਸ ਹੋਰ ਵੀ ਚਾਰ ਚੰਦ ਲਾਈ ਜਾਂਦੇ ਆ ਇਸ ਵੀਡੀਓ ਨੂੰ ਭਾਈ ਜਿਵੇਂ ਬਾਈਕ 'ਤੇ ਆ ਰਹੇ ਆ ਉਹਦੇ ਵਿੱਚ ਵੀ ਉਹ ਸੀਨ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਸੋ ਵੀਡੀਓ ਲਗਾ ਬਹੁਤ ਹੀ ਸੋਹਣੀ ਸੀ ਅਤੇ ਲੈਰਿਕਸ ਵੀ ਬਹੁਤ ਹੀ ਸੋਹਣੀ ਸੀ ਜੋ ਇਕੱਲੇ ਇਕੱਲੇ ਵਰਡ ਦੱਸੇ ਆ ਬਾਈ ਨੇ ਉਹ ਵੀ ਬਹੁਤ ਵਧੀਆ ਸੀ ਬਾਈ ਨੇ ਕਿਹਾ ਕਿ ਤਰੱਕੀ ਦੇਖ ਕੇ ਲੋਕ ਸੜਦੇ ਆ ਇਹਨਾਂ ਨੂੰ ਸੜੀ ਜਾਣਦੇ ਸੋ ਤਰੱਕੀ ਦੇਖ ਕੇ ਲੋਕ ਬਥੇਰੇ ਹੀ ਸੜਦੇ ਸੀ ਬਾਈ ਦੀ ਤਰੱਕੀ ਤੋਂ ਪਰ ਉਹਨੇ ਹੱਕ ਹਲਾਲ ਦੀ ਕਮਾਈ ਨਾਲ ਆਪਣੀ ਤਰੱਕੀ ਨੂੰ ਕਾਮਯਾਬ ਕਰਿਆ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਿਆ ਸੋ ਐਡਾ ਵੱਡਾ ਮੁਕਾਮ ਉਸਨੇ ਹਾਸਿਲ ਕੀਤਾ ਆਪਣੀ ਜ਼ਿੰਦਗੀ ਦੇ ਨਾਲ ਲੜ ਕੇ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਕੇ ਉਸਨੇ ਐਡਾ ਵੱਡਾ ਮਕਸਦ ਜੋ ਆਪਣੀ ਜ਼ਿੰਦਗੀ ਦਾ ਉਹ ਪੂਰਾ ਕੀਤਾ ਸੋ ਉਹਨਾਂ ਦੇ ਗੀਤਾਂ ਵਿੱਚ ਵੀ ਜ਼ਿਕਰ ਹੁੰਦਾ ਸੀ ਮੌਤ ਦਾ ਮੈਂ ਹਕੀਕਤ ਮੰਨਦਾ ਇਸ ਗੱਲ ਨੂੰ ਕਿ ਜੋ ਵੀ ਉਹਦੀ ਲਾਈਫ 'ਚ ਹੋਇਆ ਉਹ ਉਹਦੇ ਗੀਤਾਂ 'ਚ ਸੁਣਨ ਨੂੰ ਮਿਲਦਾ ਹੈ ਇੰਨੀ ਹਕੀਕਤ ਆਪਣੀ ਲਾਈਫ ਬਾਰੇ ਹਰ ਬੰਦਾ ਨਹੀਂ ਜਾਣ ਸਕਦਾ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ 'ਤੇ